भाई अमृतपाल सिंह दे माता बीबी बलविंदर कौर दे वल्लों बंदी सिंघां दी रिहाई लई पंज तख्त साहिबाना ते अरदास समागम करन दी शुरुआत श्री अकाल तख्त साहिब विखे होए अरदास समागम दे नाल शुरू होई। पहला सवेरे श्री अखंड साहब के भोग उपरंत ते फिर 10 बजे श्री अकाल तख्त साहब विखे होए समागम दे विच बंदी छोड़दाते सतगुरु श्री गुरु हरगोबिंद साहिब सच्चे पातशाह जी के चरण कमलों के अरदास बेनती की कि भाई अमृतपाल सिंह ते समूह बंदी सिंघां विरुद्ध हुकूमतों के वलों बनाए गए झूठे जाल नूं कट्टण की सतगुर कृपा करन ते इह अरदास बेनती की गई। भाई अमृतपाल सिंह दे बाहर आउण ते पुराने खालसा वहीर जाहो जलाल नाल मुड़ शुरू करन अते नशियां दे विच गलतान नौजवानी इस दलदल विचों बाहर आके कलगीधर पातशाह दे वल्लों बख्शी खंडे बाटे दी पहल छक के खालसा वहीर दे कौमी निशाने दी प्राप्ति दे विच रुझ के नशियां नूं सदीवी तौर ते भुल जावे। अरदास श्रोमणी गुरुद्वारा प्रबंधक कमेटी की अरदासी सिंह वालों की गई तो श्रोमणी कमेटी के वालों एडवोकेट भगवंत सिंह सियालका संगत के मूहरे होकर सवेरे 9 बजे तो हाजिर रहे, जिमें कि भाई अमृतपाल सिंह वालों सचखंड श्री हरिमंदर साहिब श्री अकाल तख्त साहब ज होर किसी भी इतिहासिक अस्थान पर जाण समय हमेशा गुरबाणी का जाप सतनाम वाहगुरु का ही किया जाता है, उस ही तरह यह समागम भी किया गया। ਵਧੀਆ ਠੀਕ ਠਾਕ ਆ ਉਹ ਚੜ੍ਹਦੀ ਕਲਾ 'ਚ ਆ ਭਾਈ ਸਾਹਿਬ ਬਿਲਕੁਲ ਉਹ ਸੰਗਤ ਨੂੰ ਵੀ ਇਹੀ ਅਪੀਲ ਕਰਦੇ ਆ ਕਿ ਸਾਰੀ ਸੰਗਤ ਚੜ੍ਹਦੀ ਕਲਾ 'ਚ ਰਹੇ ਖੰਡੇ ਬਾਟੇ ਹੀ ਪਾਉਲ ਛਕੇ ਜਿਹੜੇ ਕਿ ਉਹਨਾਂ ਦਾ ਕੀਤਾ ਹੋਇਆ ਕਾਰਜ ਸੀ ਉਹ ਸ਼ੁਰੂ ਕੀਤਾ ਹੀ ਰਹੇ ਉਹ ਅੱਧ ਵਿੱਚ ਨਾ ਛੱਡਿਆ ਜਾਵੇ। ਹਾਂਜੀ ਨਹੀਂ ਹੁਣ ਤਾਂ ਕੋਈ ਨਹੀਂ ਕੱਢੀ ਅੱਗੇ ਕੱਢੀਆਂ ਬਾਬਾ ਰਾਮ ਸਿੰਘ ਜੀ ਨੇ ਦੋ ਖਾਲਸਾ ਵੀਰਾਂ ਅਜੇ ਨਹੀਂ ਕੋਈ ਅਜੇ ਤਾਂ ਹੁਣ ਇਹੀ ਆ ਵੀ ਪੰਜਾਂ ਤਖਤਾਂ 'ਤੇ ਅਰਦਾਸ ਬੇਨਤੀ ਕਰਨੀ बहुत संगत सी सारी संगत ਹੋਈ ਆ ਸ਼ਾਮਲ ਪਰਿਵਾਰਾਂ ਦਾ ਤੇ ਹੁਣ ਇਹਨਾਂ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਦੇ ਵਿੱਚ ਆੜ ਦੇ ਵਿੱਚ ਹਾਂ ਉਹ ਵੀ ਬੀਬੀਆਂ ਬਹੁਤ ਆਈਆਂ ਸੀ ਉਹ ਪਹਿਲਾਂ ਸਾਡੇ ਘਰ ਵੀ ਆ ਕੇ ਬਹੁਤ ਦੁਖੀ ਸੀ ਵਿਚਾਰੀਆਂ ਵੀ ਭਾਈ ਸਾਹਿਬ ਆਉਣ ਤੇ ਜਿੱਦਾਂ ਉਹਨਾਂ ਨੂੰ ਨਸ਼ੇ ਤੋਂ ਹਟਾ ਕੇ ਚੰਗੇ ਜਗ੍ਹਾ ਤੇ ਲਾਉਣ ਤੇ ਹੁਣ ਉਹਨਾਂ ਦੇ ਇੱਕ ਹੋਰ ਆਸਰਾ ਲੈ ਕੇ ਅਸੀਂ ਚੱਲੇ ਹਾਂ ਕਿ ਹੁਣ ਗੁਰੂ ਦੀ ਕਚਹਿਰੀ 'ਚੋਂ ਨਿਆਂ ਮੰਗੀਏ। ਗੁਰੂ ਦੇ ਘਰ ਅਸੀਂ ਅਰਦਾਸ ਬੇਨਤੀ ਕੀਤੀ ਆ ਵੀ ਸਾਨੂੰ ਗੁਰੂ ਦੀ ਕਚਹਿਰੀ 'ਚੋਂ ਨਿਆਂ ਮਿਲੇ ਤੇ ਇਸ ਕਰਕੇ ਵਧੀਆ ਠੀਕ ਆ ਉਹ ਵੀ ਸਾਡੇ ਨਾਲ ਬਹੁਤ ਵਧੀਆ ਸਾਥ ਦੇ ਰਹੀ ਹੈ ਸਾਡਾ। ਹਾਂ ਹਾਂਜੀ ਸੰਗਤ ਦਾ ਵੀ ਬਹੁਤ ਸਹਿਯੋਗ ਆ, ਸੰਗਤ ਬਹੁਤ ਜ਼ਿਆਦਾ ਦਿਲੋਂ ਕਰਦੀ ਭਾਈ ਸਾਹਿਬ ਨਾਲ ਪਿਆਰ ਬਹੁਤ ਸਹਿਯੋਗ ਦੇ ਰਹੀ ਸੰਗਤ। ਖਾਲਸਾ ਵੀਰ ਬਾਬਾ ਰਾਮ ਸਿੰਘ ਦੀ ਗੱਲ ਕੀਤੀ ਉਹ ਰੋਕ ਦਿੱਤੀ ਗਈ ਸੀ, ਕੀ ਲੱਗਦਾ ਤੁਹਾਨੂੰ ਆਉਣ ਸਮੇਂ ਦੇ ਵਿੱਚ ਦੁਬਾਰਾ ਉਪਰਾਲਾ ਕਰਨਗੇ? ਕੋਈ ਨਹੀਂ ਉਪਰਾਲਾ ਉਹ ਕਰਨਗੇ ਕਹਿੰਦੇ ਕਰਾਂਗੇ ਆਉਣ ਵਾਲੇ ਸਮੇਂ 'ਚ ਜਿੱਦਾਂ ਦਾ ਵੀ ਟਾਈਮ ਹੋਇਆ ਫਿਰ ਉਹ ਕਰਨਗੇ। ਵੱਲੋਂ ਵੀ ਕੋਈ ਇਹੋ ਜਿਹਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਵਾ ਵਹੀਰ ਕੱਢਣ ਦਾ? ਨਹੀਂ ਪਰਿਵਾਰ ਵੱਲੋਂ ਕੋਈ ਨਹੀਂ ਇਹੋ ਜਿਹਾ ਪ੍ਰੋਗਰਾਮ, ਇਹ ਸੰਗਤ ਦੇ ਨਾਲ ਹੀ ਜਿਹੜੇ ਪੰਜਾਂ ਤਖਤਾਂ ਦੇ ਕਰਨਾ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਕਰਨਾ। ਮਤਲਬ ਜਿਵੇਂ ਪਰਿਵਾਰ ਬਾਹਰ ਜਾਂਦਾ ਕਿਤੇ ਏਅਰਪੋਰਟ ਤੇ ਚੈਕਿੰਗ ਕਰਕੇ ਵਾਪਸ ਭੇਜ ਦਿੱਤਾ ਜਾਂਦਾ, ਉਸ ਨੂੰ ਕਿਵੇਂ ਦੇਖੋ? ਉਹਨੂੰ ਕਿਵੇਂ ਦੇਖਣਾ? ਬਾਪੂ ਜੀ ਨੂੰ ਪੁੱਛੋ ਬਾਪੂ ਜੀ ਮੁੜ ਕੇ ਆਏ ਆ।